ਮੇਰੇ ਵੱਲੋਂ ਸਾਰੇ ਦੋਸਤਾਂ ਨੂੰ ਗੁੱਡ ਮੋਰਨਿੰਗ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਅੱਜ ਦਾ ਵਿਚਾਰ ਕਰੋਨਾ ਵਾਇਰਸ ਦੇ ਉੱਪਰ ਹੈ, ਜੋ ਕਿ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ। ਮੈਂ 2-3 ਉਪਾਏ ਇਸ ਤੋਂ ਬਚਣ ਦੇ ਜਾਣਦਾ ਹਾਂ, ਜੋ ਮੈਂ ਸਾਰਿਆਂ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ। ਨੰਬਰ 1, ਤੁਲਸੀ। ਤੁਲਸੀ ਇੱਕ ਐਂਟੀਬਾਇਓਟਿਕ ਹੈ ਜੋ ਆਮ ਬਾਜ਼ਾਰ ਵਿੱਚ ਮਿਲ ਜਾਂਦੀ ਹੈ। ਜੇਕਰ ਤੁਲਸੀ ਲਿਕੁਇਡ ਹੈ, ਤੁਸੀਂ ਉਹਨੂੰ ਚਾਹ ਦੇ ਦੁਆਰਾ ਵਿੱਚ ਪਾ ਕੇ ਜਾਂ ਪਾਣੀ ਵਿੱਚ ਪਾ ਕੇ 2-4-5 ਬੂੰਦਾਂ ਰੋਜ਼ ਯੂਜ ਕਰ ਸਕਦੇ ਹੋ। ਜੇ ਤੁਲਸੀ ਫਰੈਸ਼ ਤੁਲਸੀ ਹੈਗੀ ਆ, ਉਹਦੇ ਪੱਤਿਆਂ ਨੂੰ ਚਾਹ ਵਿੱਚ ਬਾਲ ਕੇ ਤੁਸੀਂ ਪੀ ਸਕਦੇ ਹੋ। ਨੰਬਰ 2, ਗਲੋ। ਗਲੋ ਵੀ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ, ਜੋ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੀ ਹੈ। ਜੇਕਰ ਗਲੋ ਬਾਜ਼ਾਰ ਵਿੱਚ ਕਈ ਪ੍ਰਕਾਰ ਦੀ ਮਿਲਦੀ ਹੈ, ਡਰਾਈ ਵੀ ਮਿਲਦੀ ਹੈ, ਫਰੈਸ਼ ਵੀ ਮਿਲ ਜਾਂਦੀ ਹੈ, ਆਮ ਦਰੱਖਤਾਂ 'ਤੇ ਚੜ੍ਹੀ ਹੋਈ ਵੇਲ ਮਿਲਦੀ ਹੈ ਇਹਦੀ, ਜਾਂ ਫਿਰ ਗਲੋ ਦੀਆਂ ਟੈਬਲੇਟਾਂ ਵੀ ਬਾਜ਼ਾਰ ਵਿੱਚ ਉਪਲਬਧ ਹਨ। ਉਹਨਾਂ ਦੁਆਰਾ ਵੀ ਤੁਸੀਂ ਲੈ ਕੇ ਇਹਨੂੰ ਪ੍ਰਤੀਰੋਧ ਸ਼ਮਤਾ ਨੂੰ ਆਪਣੀ ਨੂੰ ਵਧਾ ਸਕਦੇ ਹਾਂ। ਨੰਬਰ 3, ਕਾਲੀ ਮਿਰਚ। ਕਾਲੀ ਮਿਰਚ ਵੀ ਪ੍ਰਤੀਰੋਧ ਸ਼ਮਤਾ ਨੂੰ ਸਾਡੀ ਨੂੰ ਵਧਾਉਂਦੀ ਹੈ, ਜੋ ਕਿ ਕਿਸੇ ਵੀ ਪ੍ਰਕਾਰ ਦਾ ਬੁਖਾਰ ਹੋਵੇ ਉਹਦੇ ਤੋਂ ਵੀ ਬਚਿਆ ਜਾ ਸਕਦਾ ਹੈ। ਔਰ ਨੰਬਰ 4, ਪਿਆਜ਼। ਪਿਆਜ਼ ਨੂੰ ਵੱਧ ਤੋਂ ਵੱਧ ਸੇਵਨ ਕਰੋ, ਅਤੇ ਇਹਨਾਂ ਕਾਰਨ ਇਹ ਜੋ 4-5 ਕਾਰਨ ਹਨ ਜੋ ਮੈਂ ਜਾਣਦਾ ਹਾਂ, ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਹਨ। ਜੈ ਹਿੰਦ।